ਬੀਤੀ ਰਾਤ ਵਾਪਰਿਆ ਭਿਆਨਕ ਹਾਦਸਾ। ਗੈਸ ਸਿਲੰਡਰ ਨਾਲ ਭਰਿਆ ਟਰੱਕ, ਡਿੱਗਿਆ ਨਹਿਰ। ਜਲੰਧਰ ਜ਼ਿਲ੍ਹੇ ਦੇ ਆਮਦਪੁਰ ਨੇੜੇ ਏਅਰਪੋਰਟ ਰੋਡ ਨੇੜੇ ਬੀਤੀ ਰਾਤ ਗੈਸ ਸਿਲੰਡਰ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਡਿੱਗਿਆ। ਅੱਜ ਸਵੇਰ ਤੋਂ ਹੀ ਇਸ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਲਗਭਗ ਸਾਰੇ ਗੈਸ ਸਿਲੰਡਰਾਂ ਨੂੰ ਬਾਹਰ ਕੱਢਿਆ ਜਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਡਿੱਗ ਗਿਆ ਸੀ, ਜਿਸ ਨੂੰ ਅੱਜ ਸਵੇਰ ਤੋਂ JCB ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾ ਰਿਹਾ। ਚੰਗੀ ਖਬਰ ਇਹ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ। ਫਿਲਹਾਲ ਇਹ ਸਪਸ਼ਟ ਹੈ ਨਹੀਂ ਹੈ ਕਿ ਇਹ ਨਹਿਰ ਦੇ ਵਿੱਚ ਕਿਸ ਤਰ੍ਹਾਂ ਡਿੱਗਿਆ। ਦੇਖੋ ਮੌਕੇ ਦੀਆਂ ਤਸਵੀਰਾਂ। ਚੜ੍ਹਦੀ ਕਲਾ ਟਾਈਮ TV ਦੇ ਲਈ ਜਲੰਧਰ ਤੋਂ ਸੰਦੀਪ ਕੋਹਲ ਦੀ ਰਿਪੋਰਟ।